ਨਾਭਾ ਤੋਂ ਪੰਜਾਬ ਕੈਬਨਿਟ ਵਿੱਚ ਬਣਾਇਆ ਗਿਆ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਭਾ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਜਿੱਥੇ ਕਾਂਗਰਸੀ ਨੇਤਾਵਾਂ ਦਾ ਧੰਨਵਾਦ ਕੀਤਾ, ਉੱਥੇ ਹੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਹਲਕੇ ਦੇ ਵੋਟਰਾਂ ਦਾ, ਜਿਨ੍ਹਾਂ ਨੇ ਉਹਨਾਂ ਨੂੰ ਭਰਵਾਂ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਨ੍ਹਾਂ ਨਿਰਦੋਸ਼ ਕਾਂਗਰਸੀ ਉੱਪਰ ਪੁਰਾਣੇ ਮਾਮਲੇ ਦਰਜ ਕੀਤੇ ਹੋਏ ਸਨ, ਉਹਨਾਂ ਦੀ ਜਾਂਚ ਕਰਕੇ ਖਤਮ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਆਪਣੇ ਵਾਅਦੇ ਮੁਤਾਬਿਕ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਅਤੇ ਸ਼ਗੁਨ ਸਕੀਮ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਦੇ ਤਹਿਤ ਜਲਦ ਰਾਸ਼ੀ ਲੋੜਵੰਦਾਂ ਤੱਕ ਪਹੁੰਚਾਵੇਗੀ। ਸ਼ਾਇਦ ਹੀ ਕਿਸੇ ਖੁਸ਼ੀ ਜਿੱਡਾ ਵੱਡਾ ਚਾਅ ਹੋਵੇ ਔਰ ਲੋਕਾਂ ਦੇ ਚਿਹਰਿਆਂ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਬਹੁਤ ਉਦਾਸ ਚਿਹਰੇ ਸੀ 10 ਸਾਲ ਦੇ, ਅੱਜ ਖਿੜੇ ਚਿਹਰੇ ਮਿਲੇ ਨੇ। ਔਰ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੋ ਕਾਂਗਰਸ ਪਾਰਟੀ ਨੇ ਪ੍ਰਧਾਨ ਵਜੋਂ ਚੋਣ ਕੀਤੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਔਰ ਪੰਜਾਬ ਦੇ ਲੋਕਾਂ ਨੇ 2002 ਤੋਂ 2007 ਤੱਕ ਜੋ ਕੈਪਟਨ ਸਾਹਿਬ ਦੀ ਸਰਕਾਰ ਸੀ ਉਹਨੂੰ ਦੇਖਿਆ ਸੀ, ਉਹਨੂੰ ਕਬੂਲ ਕਰਕੇ ਲੋਕਾਂ ਨੇ ਆਪਣਾ ਫਰਜ਼ ਪੂਰਾ ਕਰਤਾ। ਇਤਿਹਾਸਕ ਜਿੱਤ ਐਡੀ ਵੱਡੀ, 77 ਸੀਟਾਂ ਨਾ ਕਦੇ ਅਕਾਲੀ ਦਲ ਨੂੰ ਆਈਆਂ ਨੇ ਨਾ ਕਦੇ ਕਾਂਗਰਸ ਨੂੰ ਆਈਆਂ, ਪੰਜਾਬ ਦੇ ਲੋਕਾਂ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਜੋ ਲੋਕਾਂ ਨਾਲ ਪੰਜਾਬ ਨਾਲ ਵਾਅਦੇ ਕੀਤੇ ਨੇ ਉਹਨੂੰ ਇਨ ਬਿਨ ਲਾਗੂ ਕਰਾਂਗੇ। ਬਾਦਲਕਿਆਂ ਵਾਂਗੂ ਜਾਂ ਹੋਰ ਪੋਲੀਟੀਕਲ ਲੋਕਾਂ ਵਾਂਗੂ ਅਸੀਂ ਖਹਿੜਾ ਨਹੀਂ ਛਡਾਉਣਾ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ। ਔਰ ਇਸ ਮੌਕੇ ਹਲਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਗੁਰਕਿਰਤ ਸਿੰਘ ਥੂਹੀ ਨੇ ਕਿਹਾ ਕਿ ਪੰਜਾਬ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਦੀ ਇਮਾਨਦਾਰੀ ਅਤੇ ਵਫਾਦਾਰੀ ਨੂੰ ਵੇਖਦੇ ਹੋਏ ਕੈਬਨਿਟ ਮੰਤਰੀ ਬਣਿਆ, ਜਿਸ ਦੇ ਲਈ ਉਹ ਸਰਕਾਰ ਦੇ ਧੰਨਵਾਦੀ। ਖੁਸ਼ੀ ਦਾ ਦਿਹਾੜਾ, ਮੈਂ ਸਮਝਦਾ ਕਿ 35-40 ਸਾਲ ਬਾਅਦ ਜਿਹੜਾ ਹੈ ਕਾਂਗਰਸ ਪਾਰਟੀ ਦਾ ਨਾਭੇ ਦਾ ਕੈਬਨਿਟ ਜਿਹੜਾ ਮੰਤਰੀ ਬਣਿਆ, ਸੋ ਸਾਰੇ ਜ਼ਿਲ੍ਹੇ ਨੂੰ ਹੀ ਮੈਂ ਸਮਝਦਾ ਬਹੁਤ ਵੱਡੀ ਖੁਸ਼ੀ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਰ ਸਾਧੂ ਸਿੰਘ ਜੀ, ਜਿਹੜੇ ਲੋਕਾਂ ਦੇ ਸੇਵਕ ਨੇ, ਬੜੇ ਹਰਮਨ ਪਿਆਰੇ ਨੇ। ਔਰ ਇਹ ਨਾਲ ਹੀ ਮਹਾਰਾਜਾ ਅਮਰਿੰਦਰ ਸਿੰਘ ਜੀ ਨੂੰ ਵਧਾਈ ਦਿੰਦੇ ਹਾਂ, ਜਿਨ੍ਹਾਂ ਨੇ ਕਿ ਬਹੁਤ ਵੱਡਾ ਮਾਣ ਦਿੱਤਾ ਨਾਭੇ। ਨਾਭਾ ਤੋਂ ਦੀਪਕ ਬੰਗਾ, ਚੈਨਲ 2।